ਤੁਰੀਦੀ ਵਿਖੇ ਇੱਕ 26 ਸਾਲਾ ਨੌਜਵਾਨ ਨਸ਼ੇ ਦੀ ਭੇਟ ਚੜ ਗਿਆ ਜੋ ਕਿ ਇੱਕ ਨਾਲੇ ਦੇ ਵਿੱਚੋਂ 3 ਦਿਨਾਂ ਦੇ ਬਾਅਦ ਬਰਾਮਦ ਕੀਤਾ ਗਿਆ ਹੈ ਉਹ ਵੀ ਉਸਦੇ ਦੋਸਤਾਂ ਦੇ ਦੱਸਣ ਤੇ ਮਿਲਿਆ ਗਿਆ ਦੱਸਿਓ ਉਸ ਨੂੰ ਲੱਭਿਆ ਗਿਆ ਤੇ ਜਦੋਂ ਮ੍ਰਿਤਕ ਦੇ ਭਰਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਕਿਹਾ ਕਿ ਅਸੀਂ 2 ਭਰਾ ਤੇ 3 ਪੈੜਾ ਹਨ ਮੇਰਾ ਭਰਾ ਆਪਣੇ 2 ਦੋਸਤਾਂ ਦੇ ਨਾਲ ਜੋ ਕਿ ਨਸ਼ਾ ਕਰਦੇ ਹਨ ਉਹਨਾਂ ਦੇ ਨਾਲ ਕਰੋ ਗਿਆ ਤੇ ਵਾਪਸ ਨਹੀਂ ਆਇਆ 2 ਦਿਨ ਬੀਤ ਜਾਣ ਦੇ ਅਖੀਰ ਉਸਦੀ ਲਾਸ਼ ਮਿਲੀ ਹੈ ਜਿਸ ਨੂੰ ਕਿ ਪੋਸਟਮਾਰਟਮ ਦੇ ਲਈ ਭੇਜਿਆ ਗਿਆ ਹੈ ਬਰੀਕੇ ਦੇ ਨਾਲ ਜਾਂਚ ਕਰਨ ਤੇ 26 ਸਾਲਾ ਨੌਜਵਾਨ ਨੂੰ ਮਾਰਨ ਵਾਲੇ ਵਿਅਕਤੀ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਹ ਉਹ ਦੋਏ ਜਾਣੇ ਲੈ ਆਏ ਉਹਰੇ ਆਪਣੇ ਧੂਰੀ ਲਿਆ ਕੇ ਇਹਨਾਂ ਨੇ ਮਤਲਬ ਚਿੱਟਾ ਚਿੱਟਾ ਪੀਂਦੇ ਨੇ ਉਹ ਬੰਦੇ ਪੀਂਦੇ ਤੇ ਗਏ ਤਾਂ ਮੈਂ ਕਿਤੇ ਪੀਂਦਾ ਵੀ ਨਹੀਂ ਦੇਖਿਆ ਇਹਨਾਂ ਮੈਂ ਨਹੀਂ ਕਿਤੇ ਦੇਖਿਆ ਵੀ ਚਿੱਟਾ ਪੀਂਦਾ ਗਾ ਵੇਲੇ ਵੀ ਰਿਹਾ 5-7 ਦਿਨ 10 ਦਿਨ ਹੁਣ ਤੇ ਲਿਆ ਕੇ ਸੂਈ ਇੱਥੇ ਸੂਏ ਤੇ ਧੂਰੀ ਜੀ ਧੂਰੀ ਸੂਏ ਤੇ ਲਿਆ ਕੇ ਉੱਥੇ ਇਹਨਾਂ ਨੇ ਚਿੱਟਾ ਚਿੱਟਾ ਪੀਤਾ ਖਾਧਾ ਜਿਹਦੇ ਨਾਲ ਇੱਕ ਦੋ ਬੰਦੇ ਮੈਨੂੰ ਹੋਰ ਵੀ ਸ਼ੱਕ ਲੱਗਦੇ ਆ ਵੀ ਹੋਰ ਵੀ ਹੈਗੇ ਨੇ ਗੇ ਉਹਨਾਂ ਨੂੰ ਕੁੱਟਮਾਰ ਕਰਕੇ ਸੂਏ 'ਚ ਸਿੱਟਤਾ ਇਹਨਾਂ ਨੇ ਸੂਏ 'ਚ ਸਿੱਟਣ ਕਾਰਨ ਕਰਕੇ ਮਤਲਬ ਉਹ ਦੋਏ ਘਰੇ ਵੱਗ ਗਏ ਮੁੜ ਕੇ ਤੀਜਾ ਬੰਦਾ ਗਿਆ ਨਹੀਂ ਹੈਗਾ ਚਲੋ ਸਾਨੂੰ ਵੀ ਆਇਆ ਵੀ ਆਜੂਗਾ ਅੱਜ ਸਵੇਰ ਆਜੂਗਾ ਦੂਜੇ ਦਿਨ ਅਸੀਂ ਉਹਨੂੰ ਨਾਲ ਲੈ ਕੇ ਦੰਮੇ ਤੂੰ ਨਾਲ ਲੈ ਕੇ ਪਿੰਡੋਂ ਹੋਰ ਵੀ 5-7 ਬੰਦੇ ਆਏ ਉਹਦੇ ਦੇਖਿਆ ਭਾਲਿਆ ਪਰ ਸਾਨੂੰ ਨਹੀਂ ਲੱਭਿਆ ਹੈਗਾ ਲੱਭਣ ਦੇ ਬਾਵਜੂਦ ਫਿਰ ਉਹ ਅਸੀਂ ਥਾਣੇ ਫੜਾਤਾ ਬੰਦਾ ਦੰਮਾ ਅਤੇ ਉਹ ਦੂਜਾ ਅੰਗਰੇਜ਼ ਅਤੇ ਉਦੋਂ ਬਾਅਦ ਪੁਲਿਸ ਨੇ ਉਹਦੇ ਕਾਰਵਾਈ ਕਰੀ ਮਾੜੀ ਮੋਟੀ ਕਰੀ ਹੈਗੀ ਅਤੇ ਉਦੋਂ ਬਾਅਦ ਤੀਜੇ ਦਿਨ ਆ ਕੇ ਸਵੇਰ ਨੂੰ ਉਹ 8:30 ਵਜੇ ਅਤੇ ਮੇਰੇ ਲਈ SHO ਦਾ ਫੋਨ ਆਇਆ ਵੀ ਉਹ ਮੰਨ ਗਿਆ ਵੀ ਸੂਏ 'ਚ ਸਿੱਟਤੇ ਉਹਨਾਂ ਦੇ ਫਿਰ ਅਸੀਂ ਉੱਥੇ ਆਏ ਸੂਏ ਦੇ ਲਵੇ ਦੇਖਭਾਲ ਕਰੀ ਸੂਏ ਦੇ ਵਿੱਚ ਵੀ ਵੜਿਆਂਗੇ ਵੜ ਕੇ ਮਤਲਬ ਉੱਥੋਂ 4-5 ਕਿੱਲਿਆਂ ਦੀ ਵਾਹੀ 'ਤੇ ਅੱਗੇ ਜਾ ਕੇ ਸੂਏ ਦੇ ਵਿੱਚ ਇੱਕ ਦਰਖਤ ਫਸਿਆ ਉਹ ਸੀਗਾ ਡਿੱਗਿਆ ਹੋਇਆ ਸੀਗਾ ਸੂਏ ਦੇ ਵਿੱਚ ਕਿਤੇ ਡੈੱਡ ਬੋਡੀ ਉਹਦੇ ਵਿੱਚ ਫਸੀ ਹੋਈ ਸੀਗੀ ਉਹ ਹਲਿਆਇਆ ਚਲਾਇਆ ਅਸੀਂ ਵਿੱਚ ਵੜ ਕੇ ਵਿੱਚ ਵੜਨਾ ਹਲਿਆਉਣ ਕਰਨ ਦੇ ਨਾਲ ਕਾਰਨ ਚਲੋ ਗਾਹਾਂ ਰੁੜ ਗਿਆ ਰੁੜਨ ਦੇ ਕਾਰਨ ਅਤੇ ਉੱਪਰ ਹੌਲੀ ਹੌਲੀ ਡੈੱਡ ਬੋਡੀ ਉੱਪਰ ਆ ਗਈ ਪਾਣੀ ਦੇ ਫਿਰ ਸਾਨੂੰ ਇਹ ਬੇਂਡੜੇ ਲਵਾ ਮਿਲੀ ਹੈ ਬੇਂਡੜੇ ਲਵਾ ਮਿਲੀ ਅਤੇ ਉੱਥੋਂ ਅਸੀਂ ਲਿਆ ਕੇ ਉਰੇ ਪੁਲਿਸ ਵੱਲੋਂ ਕੋਈ ਕਾਰਵਾਈ ਅਤੇ ਪਰਚਾ ਹੋ ਗਿਆ ਬੇਂਡੜੇ ਥਾਣੇ 'ਚ ਹੋਇਆ ਹੈਗਾ ਸਦਰ 'ਚ ਬੇਂਡੜੇ ਥਾਣੇ 'ਚ ਰਾਤ